ਆਪਣਾ ਸਕਿੱਲ ਵੀਜ਼ਾ ਜਿਹੜਾ ਟਾਈਪ 2 ਵੀਜ਼ਾ ਜਿਹਦੇ ਤੁਸੀਂ ਆ ਰਹੇ ਹੋ, ਜੇ ਮੈਂ ਕਹਿ ਰਿਹਾ ਕਿ ਐਮਬੈਸੀ 'ਚ ਫਾਈਲ ਲੱਗਣ ਤੋਂ ਪਹਿਲਾਂ ਇਹਦਾ ਕੋਈ ਖਰਚਾ ਨਹੀਂ ਹੁੰਦਾ, ਅਤੇ ਤੁਸੀਂ ਕਹੋਗੇ ਯਾਰ ਇਹ ਬੰਦਾ ਗੱਪ ਮਰੀ ਜਾਂਦਾ, ਇਹ ਬੰਦਾ ਯਾਰ ਆਪ ਨਹੀਂ ਮਰੀ ਜਾਂਦਾ, 35-40 ਲੱਖ ਰੁਪਈਆ ਲੱਗ ਜਾਂਦਾ, ਕੋਈ 25 ਲੱਖ ਲਈ ਜਾਂਦਾ, ਕੋਈ 30 ਲੱਖ ਲਈ ਜਾਂਦਾ, ਕੋਈ ਕੋਰਸ ਤੋਂ ਪਹਿਲਾਂ 5 ਲੱਖ ਲਈ ਜਾਂਦਾ, ਕੋਈ ਕੋਰਸ ਤੋਂ ਬਾਅਦ 'ਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਪਜੀ ਧਾਲੀਵਾਲ UK ਚੈਨਲ 'ਤੇ ਤੁਹਾਡਾ ਸਵਾਗਤ। ਆਪਾਂ ਜਲਦੀ ਜਲਦੀ ਫਿਰ ਹਾਜ਼ਰ ਹੋ ਗਏ ਹਾਂ। ਸੋ ਅੱਜ ਦੀ ਆਪਾਂ ਵੀਡੀਓ ਗੱਲ ਕਰਨੀ ਆ ਕਿ ਜਿਹੜਾ UK ਦਾ ਵਰਕ ਪਰਮਿਟ ਲੱਗ ਰਿਹਾ, ਜਿਹਦਾ ਬਹੁਤ ਜ਼ਿਆਦਾ ਰੌਲਾ ਚੱਲ ਰਿਹਾ, ਉਹਦਾ ਕਿੰਨਾ ਕੁ ਖਰਚਾ ਆ ਜਾਂਦਾ, ਐਕਚੁਅਲ ਦੇ ਵਿੱਚ ਉਹਦਾ ਕਿੰਨਾ ਖਰਚਾ ਆ ਜਾਂਦਾ ਜੋ ਤੁਹਾਡੇ ਤੋਂ ਲਿਆ ਜਾ ਰਿਹਾ। ਉਹ ਤਾਂ ਚਲੋ ਹੈ ਨਾ, ਆਪਾਂ ਨਹੀਂ ਗੱਲ ਕਰ ਸਕਦੇ ਉਹਦੀ, ਹੈ ਨਾ, ਕਿਸੇ ਤੋਂ ਕਿੰਨਾ ਲਿਆ ਜਾ ਰਿਹਾ, ਕਿਸੇ ਤੋਂ ਕਿੰਨਾ ਲਿਆ ਜਾ ਰਿਹਾ, ਕਿਸੇ ਕੋਈ ਬਹਾਨਾ ਲਾ ਕੇ ਚੱਲ ਰਿਹਾ, ਮਤਲਬ ਕਿ ਇਹ ਨਾ ਇੱਕ ਮੰਡੀ ਬਣਾ ਕੇ ਇੰਨਾ ਕੁ ਲੁੱਟਿਆ ਗਿਆ ਇਸ ਨਾਂ 'ਤੇ। ਸੋ ਮੈਸੇਜ ਮੈਨੂੰ ਬਹੁਤ ਸਾਰੇ ਆਉਂਦੇ ਆ ਕਿ ਭਾਅ ਜੀ ਕਿੰਨਾ ਖਰਚਾ, ਮੈਂ ਐਕਚੁਅਲ 'ਚ ਉਹਦਾ ਜਵਾਬ ਦੇ ਹੀ ਨਹੀਂ ਸਕਦਾ ਕਿ ਕਿੰਨਾ ਖਰਚਾ, ਹੈ ਨਾ, ਕਿਉਂਕਿ ਯਾਰ ਹਰ ਇੱਕ ਏਜੰਟ ਦਾ ਆਪਣੀ ਫੀਸ ਆ, ਹਰ ਇੱਕ ਏਰੀਏ ਦੇ ਹਿਸਾਬ ਨਾਲ, ਜੇ ਆਪਾਂ ਕੇਅਰ ਹੋਮ ਦੀ ਗੱਲ ਕਰੀਏ, ਕਿਉਂਕਿ ਜ਼ਿਆਦਾਤਰ ਕੇਅਰ ਹੋਮ 'ਚ ਆ ਰਹੇ ਆ, ਉਹਦੇ ਹਿਸਾਬ ਨਾਲ ਇੱਥੇ UK ਦੇ ਵਿੱਚ ਜਿਹੜੇ ਕੇਅਰ ਹੋਮ ਤੁਹਾਨੂੰ ਬਿਨਾਂ ਸਕਿੱਲ ਤੋਂ, ਤੁਹਾਡੀ ਬਿਨਾਂ ਇੰਗਲਿਸ਼ ਤੋਂ, ਬਿਨਾਂ ਇੰਟਰਵਿਊ ਤੋਂ ਤੁਹਾਨੂੰ ਕੋਰਸ ਨੰਬਰ ਜਾਰੀ ਕਰ ਰਹੇ ਆ, ਉਹਨਾਂ ਦੇ ਹਿਸਾਬ ਨਾਲ ਉਹਨਾਂ ਨੇ ਕੀ ਖਰਚਾ ਰੱਖਿਆ। ਸੋ ਯਾਰ ਦੇਖੋ, ਇਹਦਾ ਸਾਰਿਆਂ ਦਾ ਡਿਫਰੈਂਟ ਡਿਫਰੈਂਟ ਚੀਜ਼ ਆ, ਇਹਦੇ ਅਲੱਗ ਅਲੱਗ ਪਹਿਲੂ ਆ, ਇਹਦੇ ਅਲੱਗ ਅਲੱਗ ਨਜ਼ਰੀਏ ਆ। ਸੋ ਇਹ ਸਾਰੇ ਪਹਿਲੂਆਂ 'ਤੇ ਆਪਾਂ ਗੱਲ ਕਰਾਂਗੇ। ਸੋ ਥੋੜ੍ਹੀ ਜਿਹੀ ਤੁਹਾਨੂੰ ਕਲੀਅਰੈਂਸ ਜ਼ਰੂਰ ਹੋਣੀ ਚਾਹੀਦੀ ਆ, ਸੋ ਇਸ ਲਈ ਮੈਂ ਵੀਡੀਓ ਬਣਾ ਰਿਹਾ। ਬਹੁਤ ਜ਼ਿਆਦਾ ਮੇਰੇ ਕੋਲ ਇਨਕੁਆਇਰੀ ਇਸੇ ਗੱਲ ਦੀ ਆ, ਅਤੇ ਮੈਂ ਹੁਣ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਕਿੰਨਾ ਖਰਚਾ। ਸੋ ਮੈਂ ਸੋਚਿਆ ਵਾ ਚਲੋ ਮੈਂ ਥੋੜ੍ਹੀ ਜਿਹੀ ਕਲੀਅਰੈਂਸ ਕਰ ਦਿੰਦਾ ਕਿ ਕਿੰਨਾ ਖਰਚਾ ਇੱਥੇ ਆਉਂਦਾ, ਅਤੇ ਉਹਦੀ ਆਪਾਂ ਗੱਲ ਕਰਦੇ ਹਾਂ। ਉਸ ਤੋਂ ਪਹਿਲਾਂ ਜੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਵੀ ਸਬਸਕ੍ਰਾਈਬ ਕਰ ਲਓ, ਅਤੇ ਜੇ ਤੁਸੀਂ ਵੀਡੀਓ ਦੇਖਦੇ ਹੋ ਪਰ ਸਬਸਕ੍ਰਾਈਬ ਨਹੀਂ ਕਰਦੇ ਤਾਂ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਜੇ ਕੋਈ ਕੁਐਸਚਨ ਹੁੰਦਾ ਤੁਹਾਡਾ ਤਾਂ ਕੋਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕੋਮੈਂਟ ਤਾਂ ਕਰਦੇ ਹੋ, ਬਟ ਆਈ ਹੰਬਲੀ ਰਿਕੁਐਸਟ ਕਿ ਤੁਸੀਂ ਜੋ ਵੀ ਮੈਸੇਜ ਵਗੈਰਾ ਕਰਨਾ ਹੁੰਦਾ, ਆਪਣਾ ਮੈਸੇਜ ਡਰੋਪ ਕਰਨਾ ਹੁੰਦਾ, ਮੈਨੂੰ ਇੰਸਟਾਗ੍ਰਾਮ 'ਤੇ ਕਰਿਆ ਕਰੋ। ਇੰਸਟਾਗ੍ਰਾਮ 'ਤੇ ਤੁਹਾਨੂੰ ਕੋਲ ਵੀ ਹੋ ਸਕਦੀ ਆ, ਸੋ ਵਾਇਸ ਨੋਟ ਹੋ ਜਾਂਦਾ, ਸੋ ਥੋੜ੍ਹੀ ਜਿਹੀ ਗੱਲ ਕਰਨੀ ਸੌਖੀ ਹੋ ਜਾਂਦੀ ਆ, ਟਾਈਮ ਸੇਵ ਹੋ ਜਾਂਦਾ ਆਪਣਾ ਸਾਰਿਆਂ ਦਾ, ਹੈ ਨਾ। ਸੋ ਆਪਾਂ ਚੱਲਦੇ ਹਾਂ ਮੁੱਦੇ 'ਤੇ। ਹੁਣ ਤੁਹਾਨੂੰ ਜਦੋਂ ਮੈਨੂੰ ਇਹ ਗੱਲ ਬੜੇ ਬੰਦਿਆਂ ਦੀ ਗੱਲ ਆ ਕਿ ਭਾਅ ਜੀ ਮੇਰੇ ਤੋਂ ਕੋਰਸ ਤੋਂ ਪਹਿਲਾਂ ਇੰਨੇ ਪੈਸੇ ਮੰਗੇ ਆ, ਉਹ ਕਹਿੰਦੇ ਬਾਕੀ ਤੋਂ ਕੋਰਸ ਆ ਗਿਆ ਉਦੋਂ ਦੇ ਦਿਓ, ਅਤੇ ਕਈ ਬੰਦੇ ਇੱਦਾਂ ਕਹਿੰਦੇ ਕਿ ਭਾਅ ਜੀ ਮੈਂ ਹੁਣ ਫਾਈਲ ਵਾਪਸ ਲੈਣੀ ਸੀ, ਅਤੇ ਹੁਣ ਮੇਰਾ ਏਜੰਟ ਕਹਿੰਦਾ ਬਾਈ ਮੈਂ ਤਾਂ ਤੁਹਾਡੇ ਇੰਨੇ ਪੈਸੇ ਕੱਟੂੰਗਾ ਜਦੋਂ ਤੁਹਾਡੇ ਕੋਰਸ 'ਤੇ ਖਰਚਾ ਹੋ ਗਿਆ ਮੇਰਾ, ਮੈਂ ਕੀ ਕਰ ਸਕਦਾ। ਸੋ ਇਹ ਸਾਰੀਆਂ ਗੱਲਾਂ ਆਪਾਂ ਥੋੜ੍ਹੀਆਂ ਜਿਹੀਆਂ ਤੁਹਾਡੇ ਨਾਲ ਕਰਾਂਗੇ, ਹੈ ਨਾ। ਸੋ ਜੇ ਮੈਂ ਤੁਹਾਨੂੰ ਇੱਕ ਸ਼ਬਦ 'ਚ ਇਹ ਕਹਿ ਦਿਆਂ ਸਭ ਤੋਂ ਪਹਿਲਾਂ, ਹੈ ਨਾ, ਵੀਡੀਓ ਸਟਾਰਟਿੰਗ ਦੇ ਵਿੱਚ ਹੀ ਮੈਂ ਇਹ ਕਹਿ ਦਿਆਂ ਕਿ ਜਿਹੜਾ ਅੰਬੈਸੀ 'ਚ ਫਾਈਲ ਲੱਗਣ ਤੋਂ ਪਹਿਲਾਂ ਜਿਹੜਾ ਆਪਣਾ ਸਕਿੱਲ ਵੀਜ਼ਾ, ਜਿਹੜਾ ਟਾਈਪ 2 ਵੀਜ਼ਾ ਜਿਹਦੇ ਤੁਸੀਂ ਆ ਰਹੇ ਹੋ, ਜੇ ਮੈਂ ਕਹਿ ਰਿਹਾ ਕਿ ਅੰਬੈਸੀ 'ਚ ਫਾਈਲ ਲੱਗਣ ਤੋਂ ਪਹਿਲਾਂ ਇਹਦਾ ਕੋਈ ਖਰਚਾ ਨਹੀਂ ਹੁੰਦਾ, ਅਤੇ ਤੁਸੀਂ ਕਹੋਗੇ ਯਾਰ ਇਹ ਬੰਦਾ ਗੱਪ ਮਰੀ ਜਾਂਦਾ, ਇਹ ਬੰਦਾ ਯਾਰ ਆਪ ਨਹੀਂ ਮਰੀ ਜਾਂਦਾ, 35-40 ਲੱਖ ਰੁਪਈਆ ਲੱਗ ਜਾਂਦਾ, ਕੋਈ 25 ਲੱਖ ਲਈ ਜਾਂਦਾ, ਕੋਈ 30 ਲੱਖ ਲਈ ਜਾਂਦਾ, ਕੋਈ ਕੋਰਸ ਤੋਂ ਪਹਿਲਾਂ 5 ਲੱਖ ਲਈ ਜਾਂਦਾ, ਕੋਈ ਕੋਰਸ ਤੋਂ ਬਾਅਦ 'ਚ। ਸੋ ਅੰਬੈਸੀ 'ਚ ਫਾਈਲ ਲੱਗਣ ਤੱਕ ਹੀ ਤੁਸੀਂ 15-20 ਲੱਖ ਦੇ ਥੱਲੇ ਤਾਂ ਆ ਜਾਂਦੇ ਹੋ, ਮੈਨੂੰ ਪਤਾ ਮੋਸਟ ਆਫ ਦਾ ਕੇਸਿਸ ਇੱਦਾਂ ਹੁੰਦੇ ਆ, ਹੈ ਨਾ। ਜਿਹੜੇ ਥੋੜ੍ਹੇ ਏਜੰਟ ਜ਼ਿਆਦਾ, ਹੈ ਨਾ, ਠੱਗੀ ਠੋਰੀ ਦਾ ਕੰਮ ਕਰਦੇ ਆ, ਉਹਨਾਂ ਦੀ ਗੱਲ ਕਰਦਾ। ਬਹੁਤ ਸਾਰੇ ਬੰਦੇ ਤਾਂ ਸ਼ਾਇਦ ਵੀਜ਼ੇ 'ਤੇ ਪੈਸੇ ਲੈਂਦੇ ਆ, ਇੱਦਾਂ ਦੇ ਬੰਦੇ ਵੀ ਹੈਗੇ ਆ, ਹੈ ਨਾ, ਚਾਹੇ ਤੁਹਾਡੇ ਨਾਲ ਦੇਖੋ ਜੋ ਤੁਹਾਡੇ ਨਾਲ ਉਹਨਾਂ ਨੇ ਗੱਲ ਕਰ ਲਈ ਉਹਦਾ ਗੱਲ ਡਿਫਰੈਂਟ ਆ, ਬਟ ਪਹਿਲਾਂ ਕੋਈ ਚੋਰ ਮੋਰੀ ਕਈ ਏਜੰਟ ਨਹੀਂ ਕਰਦੇ, ਹੈ ਨਾ, ਇਹ ਵੀ ਗੱਲ ਸੱਚੀ ਆ। ਸੋ ਹੁਣ ਇਹਦੇ ਖਰਚੇ ਦੇ ਵਿੱਚ ਦੇਖੋ ਯਾਰ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਲੱਗ ਅਲੱਗ ਪਹਿਲੂ ਆ, ਕੋਈ ਏਜੰਟ ਤੁਹਾਨੂੰ ਕਹੂਗਾ, ਹੁਣ ਉਹ ਪਹਿਲੂ ਕਿਵੇਂ ਡਿਪੈਂਡ ਕਰਦੇ ਆ, ਫਸਟ ਆਫ ਆਲ ਜਿਹੜੇ ਤੁਸੀਂ ਏਜੰਟ ਨਾਲ ਗੱਲ ਕਰਦੇ ਹੋ ਉਹ 'ਤੇ ਡਿਪੈਂਡ ਕਰਦਾ, ਅਗਲੇ ਨੇ ਉਹਦਾ ਮਾਰਕੀਟ ਰੇਟ ਕੀ ਰੱਖਿਆ ਹੋਇਆ, ਹੈ ਨਾ, ਮਾਰਕੀਟ ਰੇਟ ਹੀ ਆ, ਇੱਕ ਮੰਡੀ ਬਣਾਈ ਆ ਇਹ, ਮੰਡੀ ਦੇ ਨਾਂ 'ਤੇ ਲੁੱਟਿਆ ਜਾ ਰਿਹਾ। ਤੁਹਾਡਾ ਇਹ ਫਾਇਦਾ ਵੀ ਤੁਸੀਂ ਬਿਨਾਂ ਸਕਿੱਲ ਤੋਂ, ਬਿਨਾਂ ਇੰਗਲਿਸ਼ ਤੋਂ, ਤੁਹਾਡਾ ਇੱਥੇ ਸਕਿੱਲ ਵੀਜ਼ਾ ਲੱਗ ਜਾਂਦਾ, ਹੈ ਨਾ, ਇੱਥੇ ਚਲੋ ਜੋ ਮਰਜ਼ੀ ਹੁੰਦਾ ਉਹਨੂੰ ਛੱਡੋ, ਉਹ ਤਾਂ ਹੁਣ ਬਹੁਤ ਵੀਡੀਓ ਬਣਾ ਦਿੱਤੀਆਂ ਆਪਾਂ, ਹੈ ਨਾ। ਸੋ
ਖਰਚੇ ਦੇ ਵਿੱਚ ਉਹ ਏਜੰਟ ਤੇ ਡਿਪੈਂਡ ਕਰਦਾ, ਤੇ ਜਿਹੜੀ ਇੱਧਰ ਕੰਪਨੀ ਆ ਯੂਕੇ ਦੇ ਵਿੱਚ, ਜਿਨ੍ਹਾਂ ਨਾਲ ਸਪੋਜ਼ ਕਰੋ ਮੈਂ ਏਜੰਟ ਹਾਂ ਅਤੇ ਮੈਂ ਇਹਨਾਂ ਦੀ ਕੰਪਨੀ ਨਾਲ ਸੈਟਿੰਗ ਕੀਤੀ ਆ ਕਿ ਮੈਂ ਤੁਹਾਨੂੰ ਇੰਨੇ ਪੈਸੇ ਦੇਣੇ ਆ, ਹੈ ਨਾ। ਹੁਣ ਉਹ ਕੰਪਨੀ ਕੇਅਰ ਹੋਮ ਆ, ਹੋਮ ਕੇਅਰ ਆ, ਜਾਂ ਉਹ ਕੰਪਨੀ ਕੋਈ ਇੰਜੀਨੀਅਰਿੰਗ ਦੀ ਕੰਪਨੀ ਆ ਜਾਂ ਕੁਛ ਵੀ ਆ, ਹੈ ਨਾ। ਸੋ ਉਹ 'ਤੇ ਡਿਪੈਂਡ ਕਰਦਾ ਕਿ ਉਹਨੇ ਕੀ ਰੇਟ ਰੱਖਿਆ ਅਤੇ ਆਪਣੇ ਏਜੰਟ ਨੇ ਕੀ ਰੇਟ ਰੱਖਿਆ। ਸੋ ਇਹ ਸਿਸਟਮ ਆ। ਵੈਸੇ ਐਕਚੁਅਲ ਦੇ ਵਿੱਚ ਜਿਹੜਾ ਕੋਸਟ ਲੈਟਰ ਆ, ਐਕਚੁਅਲ 'ਚ ਉਹਦਾ ਕੋਈ ਖਰਚਾ ਨਹੀਂ ਹੁੰਦਾ ਰਿਐਲਿਟੀ ਦੇ ਵਿੱਚ, ਹੈ ਨਾ। ਜਿਵੇਂ ਹੁਣ ਬਹੁਤ ਬੰਦੇ ਮੈਨੂੰ ਪੁੱਛਦੇ ਆ, ਭਾਅ ਜੀ ਵੈਸੇ ਖਰਚਾ ਕੀ ਹੁੰਦਾ ਇਹਦਾ, 3 ਲੱਖ ਹੁੰਦਾ ਯਾਰ? ਉਹਦਾ ਥੋੜ੍ਹੀ ਖਰਚਾ, ਉਹ ਤਾਂ ਇੱਕ ਮੇਰੀ ਕੰਪਨੀ ਆ, ਮੇਰੀ ਕੰਪਨੀ ਨੂੰ ਵਰਕਰਸ ਦੀ ਲੋੜ ਆ, ਮੈਂ ਇੱਕ ਕੋਸ ਨੰਬਰ, ਮੈਂ ਉਹ ਕੋਸ ਕਢਾਉਂਦਾ, ਠੀਕ ਹੈ। ਚਲੋ ਮੇਰਾ ਕੰਪਨੀ ਦਾ ਥੋੜ੍ਹਾ ਬਹੁਤ ਜਿੰਨਾ ਖਰਚਾ ਹੁੰਦਾ ਉਹ ਹੁੰਦਾ, ਇਹ ਤਾਂ ਨਹੀਂ ਹੁੰਦਾ ਕਿ ਲੱਖਾਂ 'ਚ ਹੁੰਦਾ, ਠੀਕ ਹੈ। ਸੋ ਮੈਂ ਆਪਣੀ ਥੋੜ੍ਹੀ ਬਹੁਤ ਫੀਸ ਭਰਦਾ, ਜੋ ਵੀ ਇਹਨਾਂ ਦੀ, ਜੋ ਇਹਨਾਂ ਨੇ ਲਾਇਸੈਂਸ ਫੀਸ ਹੁੰਦੀ ਆ, ਤਾਂ ਆਲਰੇਡੀ ਕੰਪਨੀਆਂ ਕੋਲ ਸਾਰਿਆਂ ਕੋਲ ਲਾਇਸੈਂਸ ਹੁੰਦੇ ਹੀ ਆ, ਹੈ ਨਾ। ਫਿਰ ਹੀ ਉਹ ਤੁਹਾਨੂੰ ਕੋਸ ਲੈਟਰ ਦਿੰਦੇ ਆ। ਸੋ ਮੈਂ ਤੁਹਾਨੂੰ ਕੋਸ ਜਾਰੀ ਕੀਤਾ ਵੀ ਹਾਂਜੀ ਆਹ ਤੇਰਾ ਕੋਸ ਨੰਬਰ ਆ, ਮੈਂ ਤੇਰੀ ਇੰਟਰਵਿਊ ਲਈ ਆ, ਮੈਂ ਤੈਨੂੰ ਸਿਲੈਕਟ ਕਰ ਲਿਆ, ਤੂੰ ਮੈਨੂੰ ਚਾਹੀਦਾ ਹੀ ਚਾਹੀਦਾ। ਸੋ ਤੁਹਾਨੂੰ ਕੋਸ ਨੰਬਰ ਜਾਰੀ ਕਰੂਗਾ, ਫਿਰ ਤੁਹਾਡੀ ਪੂਰੀ ਰਿਕੁਆਇਰਮੈਂਟ ਕਰਕੇ ਫਿਰ ਤੁਹਾਡੀ ਅੰਬੈਸੀ 'ਚ ਫਾਈਲ ਜਾਂਦੀ ਆ। ਜੋ ਖਰਚਾ ਹੁੰਦਾ ਤੁਹਾਡਾ ਬਸ ਅੰਬੈਸੀ 'ਚ ਹੁੰਦਾ, ਠੀਕ ਹੈ। ਹੁਣ ਉਹਦੇ 'ਚ ਅੰਬੈਸੀ 'ਚ ਤੁਹਾਡਾ ਕੀ ਖਰਚਾ? ਜੇ ਤੁਸੀਂ ਕੇਅਰ ਹੋਮ ਦੇ ਵੀਜ਼ੇ 'ਤੇ ਆ ਰਹੇ ਹੋ, ਸਪੋਜ਼ ਕਰੋ ਤੁਸੀਂ ਕੇਅਰ ਹੋਮ ਦੇ ਵੀਜ਼ੇ 'ਤੇ ਆ ਰਹੇ ਹੋ, ਹੈ ਨਾ। ਸੋ ਉਹਦੇ 'ਚ ਤੁਹਾਡਾ IHS ਵੀ ਨਹੀਂ ਲੱਗਦਾ, ਕੇਅਰ ਹੋਮ ਦੇ ਵੀਜ਼ੇ 'ਤੇ ਤੁਹਾਡਾ IHS ਵੀ ਨਹੀਂ ਲੱਗਦਾ। ਸੋ ਤੁਹਾਡੀ ਜਿਹੜੀ ਫੀਸ ਆ, ਜੇ ਤੁਸੀਂ ਪ੍ਰਿਓਰਟੀ ਲੈਂਦੇ ਹੋ ਤਾਂ 1 ਲੱਖ ਰੁਪਇਆ ਮੈਨੂੰ ਲੱਗਦਾ ਹੁਣ ਹੋ ਗਈ ਆ ਫੀਸ, ਹੈ ਨਾ। ਸੁਪਰ ਪ੍ਰਿਓਰਟੀ ਲੈਂਦੇ ਹੋ ਤਾਂ 1.5 ਲੱਖ ਹੋ ਗਈ ਹੋਣੀ ਆ, ਅਤੇ ਨੋਰਮਲੀ ਤੁਹਾਡੀ 40-50 ਹਜ਼ਾਰ ਫੀਸ ਆ, ਬਸ ਆਹੀ ਤੁਹਾਡੀ ਫੀਸ ਆ ਇੱਕ ਬੰਦੇ ਦੀ। ਹੋਰ ਵਰਕ ਪਰਮਿਟ ਦੀ ਕੋਈ ਫੀਸ ਨਹੀਂ ਹੈ, ਅਤੇ ਬਾਕੀ ਤੁਸੀਂ ਟਿਕਟ ਲੈ ਕੇ ਆਉਣਾ ਹੁੰਦਾ। ਕੋਸ ਦੀ ਜਿਹੜੀ ਗੱਲ ਆ, ਕੋਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਕਿ ਇੱਕ ਬੰਦੇ ਦਾ ਮੇਰੇ ਕੋਲ ਇਹ ਵੀ ਮੈਸੇਜ ਆਇਆ ਸੀ ਕਿ ਭਾਅ ਜੀ ਮੈਂ ਨਾ ਫਾਈਲ ਵਿੱਚ, ਇੱਕ ਤਾਂ ਨਹੀਂ ਕਈਆਂ ਦਾ ਆ, ਕਿ ਮੈਂ ਨਾ ਫਾਈਲ ਵਿਦਡਰੋ ਕਰਾਉਣੀ ਸੀ, ਅਤੇ ਉਹ ਕਹਿੰਦੇ ਯਾਰ ਤੇਰੇ ਤਾਂ ਹੁਣ ਅਸੀਂ ਕੋਸ ਲੈ ਲਿਆ ਤੇਰਾ ਤਾਂ। ਹੁਣ ਦੇਖੋ ਯਾਰ, ਇਹਦੇ 'ਚ ਕਈ ਪਹਿਲੂ ਆ, ਹੁਣ ਏਜੰਟਾਂ ਦਾ ਵੀ ਕਸੂਰ ਨਹੀਂ। ਹੁਣ ਜਿਹੜੀਆਂ ਚੀਜ਼ਾਂ ਨਾਲ ਉਹਨਾਂ ਨੇ ਇੱਥੇ ਟਾਈ ਅਪ ਕੀਤਾ, ਜਿਹੜੀਆਂ ਕੰਪਨੀਆਂ ਨਾਲ ਟਾਈ ਅਪ ਕੀਤਾ, ਸਪੋਜ਼ ਕਰੋ ਮੈਂ ਕਿਸੇ ਕੰਪਨੀ ਨਾਲ ਟਾਈ ਅਪ ਕੀਤਾ, ਮੈਂ ਉਹਨਾਂ ਤੋਂ 10 ਕੋਸ ਲੈ ਲਏ, ਮੈਂ ਤਾਂ 10 ਦੇ ਕੋਸ ਦੇ ਮੈਨੂੰ ਪੇ ਕਰਨੇ ਪੈਣਗੇ ਜਦੋਂ ਮੈਂ ਉਹਨੂੰ ਖਰੀਦ ਹੀ ਲਏ। ਹਾਂ ਉਹ ਵੱਖਰੀ ਗੱਲ, ਮੈਂ ਕਿੰਨੇ 'ਚ ਖਰੀਦਿਆ ਤੇਗਾ, ਕਿੰਨੇ 'ਚ ਵੇਚਣੇ ਆ, ਉਹ ਤਾਂ ਉਹਨਾਂ ਦਾ ਮੁਨਾਫਾ ਨਾ। ਸੋ ਉਹ ਤਾਂ ਦੇਖੋ ਯਾਰ, ਤੁਸੀਂ ਜਾਣੋ ਅਤੇ ਤੁਹਾਡਾ ਏਜੰਟ ਜਾਣੇ, ਤੁਹਾਡੀ ਉਹਦੇ ਨਾਲ ਕੀ ਗੱਲ ਹੋਈ ਆ, ਤੁਹਾਡੀ ਉਹਦੇ ਨਾਲ ਕੀ ਗੱਲ ਨਹੀਂ ਹੋਈ। ਪਰ ਐਕਚੁਅਲ ਦੇ ਵਿੱਚ ਤੁਹਾਨੂੰ ਮੈਂ ਖਰਚਾ ਦੱਸਤਾ ਕਿ ਕੋਸ ਨੰਬਰ ਦਾ ਕੋਈ ਖਰਚਾ ਨਹੀਂ, ਅੰਬੈਸੀ ਫੀਸ ਤੁਸੀਂ ਲਾ ਲਓ 50 ਹਜ਼ਾਰ ਤੋਂ ਲੈ ਕੇ 1.5 ਲੱਖ ਫੀਸ ਹੁੰਦੀ ਆ ਇੱਕ ਬੰਦੇ ਦੀ, ਜੇ IHS ਨਹੀਂ ਲੱਗਦਾ। ਮੋਸਟ ਆਫ ਦਾ ਕੇਸਿਸ ਜਿਹੜੇ ਕੇਅਰ ਹੋਮ 'ਚ ਆ, ਸੋ IHS ਤੁਹਾਡਾ ਲੱਗਦਾ ਹੀ ਨਹੀਂ। ਜਿਹਦਾ ਲੱਗੂਗਾ ਅਤੇ ਉਹ 16 ਜਨਵਰੀ ਤੋਂ ਸ਼ਾਇਦ 1000 ਰੁਪਇਆ, ਸੋਰੀ 1000 ਕੁ ਪਾਉਂਡ 1 ਸਾਲ ਦਾ ਹੋ ਜਾਣਾ। ਜੇ 5 ਸਾਲ ਦਾ ਵੀਜ਼ਾ ਤਾਂ 5000 ਪਾਉਂਡ ਉਹ ਰੱਖ ਲਓ। ਸੋ ਜੇ 3 ਸਾਲ ਦਾ ਵੀਜ਼ਾ ਤਾਂ 3000 ਇੱਕ ਬੰਦੇ ਦਾ ਰੱਖ ਲਓ, ਜਿਹੜਾ ਕਿ ਹੁਣ 624 ਸੀ, ਠੀਕ ਹੈ, ਜਿਹੜਾ ਹੁਣ 1634 ਸੀ ਮੇ ਵੀ, ਅਤੇ 1034 ਹੋ ਜਾਣਾ ਹੁਣ, ਠੀਕ ਹੈ। ਸੋ ਇਹ ਤੁਸੀਂ ਰੱਖ ਲਓ ਬਸ ਇਹੀ। ਅੱਜ ਤੋਂ ਪਹਿਲਾਂ ਤਾਂ ਮੈਂ ਵੇਖਾਂ ਤਾਂ 601 ਸਾਲ ਦਾ ਖਰਚਾ 650 ਸੀਗਾ, ਹੈ ਨਾ, 1 ਸਾਲ ਦਾ। ਸੋ 3 ਸਾਲਾਂ ਦਾ ਨੂੰ 650, 3 ਸਾਲ 'ਤੇ ਕਰ ਲਓ, 5 ਸਾਲ 'ਤੇ ਕਰ ਲਓ। ਬਟ ਕੇਅਰ ਹੋਮ ਦੇ ਵਿੱਚ ਸਾਰੇ ਬੰਦੇ ਆ ਰਹੇ ਆ, ਸੋ ਉਹਨਾਂ 'ਚ ਤਾਂ IHS ਵੀ ਨਹੀਂ ਲੱਗਦਾ, ਅਤੇ ਕੋਸ ਦੀ ਗੱਲ ਤਾਂ ਬਹੁਤ ਦੂਰ ਆ। ਹੁਣ ਏਜੰਟ ਤੁਹਾਡੇ ਤੋਂ ਕੀ ਲੈ ਰਹੇ ਆ? ਦੇਖੋ ਯਾਰ, ਉਹਨਾਂ ਦਾ ਵੀ ਇੱਕ ਧੰਦਾ, ਹੈ ਨਾ। ਉਹ ਵੀ ਹੁਣ ਤੁਸੀਂ ਕੇਸ ਦੇ ਤਾ ਉਹਨਾਂ ਨੂੰ, ਫਿਰ ਕੇਸ ਵਾਪਸ ਲੈ ਲਿਆ, ਉਹਨਾਂ ਨੇ ਫਿਰ ਕੁਛ ਨਾ ਕੁਛ ਤਾਂ ਤੁਹਾਡੇ ਤੋਂ ਲੈਣਾ ਹੀ ਆ। ਬਾਕੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਇਹਨਾਂ ਨਾਲ ਟਾਈ ਅਪ ਆ, ਇਹਨਾਂ ਤੋਂ ਉਹਨਾਂ ਨੇ ਕੋਸ ਖਰੀਦੇ ਹੁੰਦੇ ਆ ਸਿੱਧੇ, ਹੈ ਨਾ, ਖਰੀਦੇ ਹੀ ਆ। ਇੱਕ ਕੋਸ ਅਸੀਂ ਆਪਦੀ ਮਿਹਨਤ ਨਾਲ ਲੈਣਾ, ਉਹ ਵੱਖਰੀ ਗੱਲ ਆ। ਇੱਕ ਅਸੀਂ ਖਰੀਦਣਾ, ਸਾਰਾ ਕੁਛ ਤੁਹਾਡਾ ਕੰਪਨੀ ਨੇ ਕਰ ਦੇਣਾ ਫਰੀ ਫੰਡ 'ਚ, ਹੈ ਨਾ। ਤੁਸੀਂ ਇੰਟਰਵਿਊ ਵੀ ਕਲੀਅਰ ਆ, ਤੁਹਾਡਾ ਸਾਰਾ ਕੁਛ ਕਲੀਅਰ ਆ, ਤੁਹਾਡੀ ਇੰਗਲਿਸ਼ ਵੀ ਕਲੀਅਰ ਆ, ਤੁਹਾਡੇ ਕੋਲ ਸਕਿੱਲ ਵੀ ਹੈਗੀ ਆ, ਸਾਨੂੰ ਇਹ ਬੰਦਾ ਚਾਹੀਦਾ ਹੀ ਚਾਹੀਦਾ। ਸੋ ਉਹ ਚੀਜ਼ਾਂ ਸਾਰੀਆਂ ਦੇਖੋ ਯਾਰ, ਪੈਸੇ ਨਾਲ ਹੀ ਹੁੰਦੀਆਂ ਇੱਥੇ। ਸੋ ਉਹ ਉਹਨਾਂ ਦੇ ਏਜੰਟ ਦੀ ਅਤੇ ਇਹਨਾਂ ਦੀ ਕੰਪਨੀ ਦੀ ਆਵੇ ਦੀ ਸੈਟਿੰਗ ਆ। ਹੁਣ ਦੇਖੋ ਯਾਰ, ਉਹ ਖਰਚੇ ਨੂੰ ਤੁਸੀਂ ਚਾਹੇ ਕੋਸ ਦਾ ਖਰਚਾ ਸਮਝ ਲਓ, ਚਾਹੇ ਜੋ ਮਰਜ਼ੀ ਸਮਝ ਲਓ, ਪਰ ਐਕਚੁਅਲ ਦੇ ਵਿੱਚ ਤੁਸੀਂ ਇਹ ਗੱਲਾਂ ਜਦੋਂ ਤੁਸੀਂ ਕੇਸ ਫਾਈਲ ਕਰਦੇ ਹੋ, ਕੁਛ ਵੀ ਕਰਦੇ ਹੋ, ਉਦੋਂ ਧਿਆਨ ਰੱਖਿਆ ਕਰੋ ਕਿ ਮੈਂ ਏਜੰਟ ਨਾਲ ਕੀ ਗੱਲ ਕਰਨੀ ਆ। ਸੋ ਮੈਂ ਤਾਂ ਹੁਣ ਵੀ ਸਭ ਨੂੰ ਸਲਾਹ ਹੀ ਦਿੰਦਾ
ਕਿ ਯਾਰ ਤੁਸੀਂ ਏਜੰਟ ਨਾਲ ਜੇ 20 ਲੱਖ ਦੀ ਗੱਲ ਕਰਦੇ ਹੋ ਤਾਂ 22 ਦੀ ਕਰ ਲਿਆ ਕਰੋ, ਪਰ ਨਾ ਕਰਿਆ ਕਰੋ ਵੀਜ਼ੇ 'ਤੇ। ਉਦੋਂ ਪਹਿਲਾਂ ਉਹਨੂੰ ਕਹਿੰਦੇ ਬਈ ਤੇਰਾ ਅਸੀਂ ਕੁਛ ਨਹੀਂ ਦੇਣਾ, ਜੇ ਤੂੰ ਕਹਵੇਂ ਤੂੰ ਕੁਛ ਦੇਣਾ ਮੇਰੇ ਅਕੋਰਡਿੰਗ ਹੈ ਨਾ, ਜੇ ਤੁਸੀਂ ਸਲਾਹ ਲੈਂਦੇ ਹੋ ਮੇਰੇ ਤੋਂ। ਵੈਸੇ ਤਾਂ ਮੈਂ ਸਾਰਿਆਂ ਨੂੰ ਜਦੋਂ ਮੈਸੇਜ 'ਤੇ ਵੀ ਦੱਸ ਦਿੰਦਾ ਹੁੰਦਾ ਕਿ ਯਾਰ ਤੂੰ ਇਹ ਗੱਲ ਕਰ ਲਏ ਤਾਂ ਬਾਹਲੀ ਵਧੀਆ ਗੱਲ ਆ, ਜਿਹੜਾ ਥੋੜ੍ਹਾ ਜਿਹਾ ਸਹੀ ਏਜੰਟ ਹੁੰਦਾ ਉਹ ਤਾਂ ਇਹ ਗੱਲ ਕਰੂਗਾ, ਕਿਉਂਕਿ ਉਹਨੂੰ ਪਤਾ ਹੁੰਦਾ ਮੈਂ ਸਹੀ ਥਾਂ 'ਤੇ ਭੇਜ ਰਿਹਾ ਜਾਂ ਮੇਰੀ ਕੰਪਨੀ ਸਹੀ ਆ। ਅਤੇ ਹੁਣ ਜਿਹੜਾ ਹੈ ਹੀ ਠੱਗ ਜਿਹਦੇ ਕੋਲ ਕੋਸ ਹੀ ਪ੍ਰਿੰਟਡ ਆ, ਹੈ ਨਾ, ਇਹ ਜੇ ਬਹੁਤ ਕੇਸ ਸਾਹਮਣੇ ਆਏ ਆ ਕਿ ਉਹਨਾਂ ਕੋਲ ਨਾ ਕਿ ਜਿਹੜੇ ਜਿੰਨੇ ਵੀ ਕੋਸ ਲੈਟਰ ਆ ਉਹ ਸਾਰੇ ਪ੍ਰਿੰਟਡ ਹੁੰਦੇ ਆ ਕਿਸੇ ਦੇ ਨਾਮ 'ਤੇ। ਸੋ ਉਹ ਤਾਂ ਯਾਰ ਦੇਖੋ ਨਿਰੀਅਲ ਠੱਗੀ ਆ, ਹੈ ਨਾ। ਸੋ ਉਹ ਚੀਜ਼ ਤੁਸੀਂ ਨਾ ਫਸਿਓ। ਕੋਸ ਕੂਸ ਆ ਜਿਹੜਾ ਇਹਨਾਂ ਦੇ ਹੱਥ 'ਚ ਹੁੰਦੇ ਆ ਸਾਰੇ ਕੁਛ, ਇਹਨਾਂ ਕੋਲ ਆਲਰੇਡੀ ਕੋਸ ਲੈ ਕੇ ਇਹਨਾਂ ਨੇ ਰੱਖੇ ਆ, ਠੀਕ ਹੈ ਨਾ। ਤੁਹਾਡਾ ਨਾਮ ਫਿੱਲ ਕਰਨਾ ਹੁੰਦਾ ਬਸ, ਉਸ ਕੰਪਨੀ ਨੂੰ ਦੱਸਣਾ ਹੁੰਦਾ ਵੀ ਇਹ ਬੰਦਾ ਮੇਰੇ ਕੋਲ ਤੁਹਾਡੀ ਡਿਟੇਲ ਭੇਜ ਦਿੰਦੇ ਆ, ਉਹ ਸਾਰਾ ਜੋ ਆਪਣਾ ਪ੍ਰੋਸੈਸ ਆ ਇਮੀਗ੍ਰੇਸ਼ਨ ਵਾਲਾ ਉਹ ਪ੍ਰੋਸੈਸ ਕਰਕੇ, ਅਤੇ ਤੁਹਾਡਾ ਉਹ ਕੋਸ ਨੰਬਰ ਆ ਜਿਹੜਾ ਤੁਹਾਡੀ ਫਾਈਲ ਦੇ ਵਿੱਚ ਲੱਗ ਜਾਂਦਾ, ਸਟੱਡੀ ਦਾ ਕੈਸ ਨੰਬਰ ਲੱਗਦਾ, ਸਕਿੱਲ ਵੀਜ਼ ਦਾ ਕੋਸ ਨੰਬਰ ਲੱਗਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਤੁਸੀਂ ਅੰਬੈਸੀ ਦੀ ਫੀਸ ਭਰਦੇ ਹੋ। ਹੁਣ ਕਈ ਬੰਦੇ ਮੈਨੂੰ ਕਹਿੰਦੇ ਆ ਜੀ ਬਾਇਓਮੈਟ੍ਰਿਕ ਦੀ ਡੇਟ ਨਹੀਂ ਮਿਲ ਰਹੀ, ਅੰਬੈਸੀ ਦੀ ਡੇਟ ਨਹੀਂ ਮਿਲ ਰਹੀ, ਮੈਨੂੰ ਕਹਿ ਰਿਹਾ ਏਜੰਟ ਕਹਿ ਰਿਹਾ ਤੁਹਾਡੇ ਹੱਥ 'ਚ ਕੋਸ ਹੈਗਾ, ਤੁਹਾਡੇ ਹੱਥ ਸਾਰਾ ਕੁਛ ਹੈਗਾ, ਅਤੇ ਬਾਇਓਮੈਟ੍ਰਿਕ ਵਾਲੀ ਦਾ ਕੋਈ ਪ੍ਰੋਬਲਮ ਹੀ ਨਹੀਂ, ਠੀਕ ਹੈ ਨਾ। ਹਾਂ ਲੇਟ ਮਿਲ ਸਕਦੀ ਆ ਜੇ ਅੰਬੈਸੀ ਬਿਜ਼ੀ ਆ, ਤਾਂ ਓਬੀਅਸਲੀ VFS ਜੇ ਬਿਜ਼ੀ ਹੋਊਗਾ ਤਾਂ ਲੇਟ ਮਿਲੂਗੀ ਡੇਟ, ਠੀਕ ਹੈ ਨਾ। ਬਟ ਖਰਚਾ ਤੁਹਾਨੂੰ ਮੈਂ ਦੱਸਤਾ ਕਿ ਯਾਰ ਐਕਚੁਅਲ ਦੇ ਵਿੱਚ ਇਹ ਸਾਰੇ ਖਰਚੇ ਏਜੰਟਾਂ ਦੇ ਖਰਚੇ ਹੁੰਦੇ ਆ, ਉਹਨਾਂ ਨੇ ਆਪਦੇ ਹਿਸਾਬ ਨਾਲ ਆਪਣਾ ਮਾਰਕੀਟ ਦਾ ਰੇਟ ਰੱਖਿਆ। ਉਹ ਦੇਖੋ ਯਾਰ ਉਹਦੇ 'ਚ ਉਹ ਵੀ ਗਲਤ ਨਹੀਂ ਆ, ਉਹਨਾਂ ਨੇ ਤੁਹਾਡੇ ਨਾਲ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਇੰਨਾ ਖਰਚਾ ਬਈ, ਹੈ ਨਾ। ਸੋ ਤੁਸੀਂ ਦੇਖੋ ਤੁਸੀਂ ਪਹਿਲਾਂ ਉਹਦੇ ਨਾਲ ਕੀ ਗੱਲ ਕੀਤੀ ਸੀ ਕਿ ਕੀ ਤੁਸੀਂ ਕਰੋਗੇ ਜੇ ਅਸੀਂ ਫਾਈਲ ਵਿਦਡਰੋ ਕਰਾਉਂਦੇ ਹਾਂ ਤਾਂ ਕਿੰਨਾ ਖਰਚਾ ਸਸ ਦੇਣਾ ਪਊਗਾ, ਜੇ ਅਸੀਂ ਸਾਡਾ ਵੀਜ਼ਾ ਆ ਗਿਆ ਤਾਂ ਕਿੰਨਾ ਦੇਣਾ ਪਊਗਾ, ਪਹਿਲਾਂ ਸਾਨੂੰ ਕੋਈ ਸਿਕਿਉਰਟੀ ਦਿਖਾਉਣੀ ਪਊਗੀ, ਕਿ ਇਹ ਤਾਂ ਯਾਰ ਦੇਖੋ ਤੁਹਾਡੀ ਆਪਦੀ ਗੱਲ ਆ। ਜੇ ਮੈਂ ਇੱਧਰੋਂ ਕਲੀਅਰਲੀ ਗੱਲ ਕਰਾਂ ਤਾਂ ਕੋਸ ਦਾ ਕੋਈ ਖਰਚਾ ਨਹੀਂ ਹੁੰਦਾ, ਅਤੇ ਵਰਕ ਪਰਮਿਟ 'ਤੇ ਵੈਸੇ ਤਾਂ ਖਰਚਾ ਮੇਰੇ ਆਉਂਦਾ ਹੀ ਨਹੀਂ, ਹੈ ਨਾ, ਕੋਈ ਖਰਚਾ ਨਹੀਂ ਹੁੰਦਾ ਵਰਕ ਪਰਮਿਟ 'ਤੇ ਤੁਹਾਡੀਆਂ, ਬਸ ਇਕੱਲੀਆਂ ਬੇਸੀ ਦੀਆਂ ਫੀਸਾਂ ਹੀ ਹੁੰਦੀਆਂ, ਹੋਰ ਕੁਛ ਨਹੀਂ ਹੁੰਦਾ। ਅਤੇ ਜੇ ਤੁਸੀਂ IHS ਭਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਹੈਲਥ ਕੇਅਰ 'ਚ ਨਹੀਂ ਆਉਂਦੇ, ਤਾਂ ਤੁਹਾਨੂੰ IHS ਭਰਨਾ ਪੈਂਦਾ, ਹੈ ਨਾ। ਜੋ ਇੱਥੇ ਹੈਲਥ ਸਰਚਾਰਜ ਹੁੰਦਾ, ਜਿਹੜਾ ਹੈਲਥ ਇੰਸ਼ੋਰੈਂਸ ਹੁੰਦਾ, ਉਹ ਕਰਾਉਣਾ ਪੈਂਦਾ, ਹੈ ਨਾ, ਜਿਹੜਾ ਕਿ ਹੁਣ 1000 ਕੁ ਹੋਣ ਲੱਗਿਆ ਸਾਲ ਦਾ, ਹੈ ਨਾ। 5 ਸਾਲ ਦਾ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਉਹ ਮੈਂ ਬਣਾ ਲਓ ਹਿਸਾਬ, ਹੈ ਨਾ। ਸੋ ਇੰਨਾ ਖਰਚਾ ਹੁੰਦਾ। ਸੋ ਸਾਰੇ ਖਰਚੇ ਇਹ ਏਜੰਟਾਂ 'ਤੇ ਡਿਪੈਂਡ ਕਰਦੇ ਆ। ਸੋ ਸਾਰੇ ਖਰਚੇ ਇਹ ਇੱਧਰਲੀਆਂ ਕੰਪਨੀਆਂ 'ਤੇ ਡਿਪੈਂਡ ਕਰਦੇ ਆ ਕਿ ਇਹਨਾਂ ਨੇ ਆਪਦੇ ਦੀ ਕੀ ਗਿਟਮਿਟ ਕੀਤੀ ਆ, ਕਿਵੇਂ ਚੀਜ਼ਾਂ ਇਹ ਵੇਚਣਗੇ ਇਹਨਾਂ ਨੇ। ਸੋ ਇਹ ਚੀਜ਼ ਆ ਜਿਹੜੀ ਲੈ ਕੇ ਇਹਨਾਂ ਨੇ ਵੇਚਣੀ ਆ। ਸੋ ਇਹ ਇੱਕ ਦੁਕਾਨਦਾਰੀ ਆ, ਸੋ ਰੇਟ ਹਰ ਇੱਕ ਦੁਕਾਨਦਾਰ ਦਾ ਅਲੱਗ ਅਲੱਗ ਹੋ ਸਕਦਾ ਥੋੜ੍ਹਾ ਬਹੁਤ। ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ। ਮੈਨੂੰ ਉਮੀਦ ਆ ਕਿ ਤੁਹਾਨੂੰ ਸਮਝ ਲੱਗ ਗਈ ਹੋਊਗੀ ਖਰਚੇ ਕਿਵੇਂ ਹੁੰਦੇ ਆ, ਹੈ ਨਾ। ਵਰਕ ਪਰਮਿਟ ਕਿੰਨੇ ਕੁ ਦਾ ਮਿਲ ਜਾਂਦਾ, ਬਹੁਤ ਕੁਐਸਚਨ ਆਏ ਬਾਈ ਜੀ ਵਰਕ ਪਰਮਿਟ ਕਿੰਨੇ ਕੁ ਦਾ ਮਿਲ ਜਾਂਦਾ। ਸੋ ਇਹ ਤਾਂ ਹੁਣ ਦੇਖੋ ਏਜੰਟਾਂ 'ਤੇ ਡਿਪੈਂਡ ਕਰਦਾ ਕਿੰਨੇ ਕੁ ਦਾ ਮਿਲ ਜਾਂਦਾ। ਸੋ ਉਮੀਦ ਆ ਤੁਸੀਂ ਇਹ ਚੀਜ਼ ਦਾ ਖਿਆਲ ਰੱਖੋਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਕੋਈ ਇਨਕੁਆਇਰੀ ਆ ਤਾਂ ਤੁਸੀਂ ਇੰਸਟਾਗ੍ਰਾਮ ਨੂੰ ਫੋਲੋ ਕਰੋ, ਅਤੇ ਉੱਥੇ ਮੈਸੇਜ ਕਰੋ, ਅਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਥੋੜ੍ਹੀ ਬਹੁਤ ਜਿੰਨਾ ਕੁ ਟਾਈਮ ਹੋਊਗਾ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।